ਦਾ ਕਸੂਰ ਸੀ ਇਹ ਇਨਕੁਆਇਰੀ ਕਮਿਸ਼ਨ ਦੱਸੇਗਾ। ਅੱਜ ਜਿਹੜੀ ਪਹਿਲਾ ਪ੍ਰਾਇੋਰਟੀ ਹੈ ਉਹ ਜਿਹੜੇ ਜ਼ਖਮੀ ਨੇ ਉਹਨਾਂ ਦੀ ਜਾਨ ਬਚਾਈ ਹੈ, ਜਿਨ੍ਹਾਂ ਘਰਾਂ ਨਾਲ ਬਦਕਿਸਮਤ ਦਾ ਤਕਾਇਆ ਜੀ ਜਾਂਦੇ ਰਹੇ ਨੇ ਉਹਨਾਂ ਪਰਿਵਾਰਾਂ ਨਾਲ ਸਹਾਨੁਭੂਤੀ ਕਰੀਏ। ਜਿਹੜੀ ਗੁਨਾਹਗਾਰ ਹੋਏਗਾ ਉਹਨੂੰ ਸਰਕਾਰ ਬਖਸ਼ੇਗੀ। ਸਰ ਇਹਦੇ ਵਾਸਤੇ ਹਾਦਸੇ ਵਾਸਤੇ ਈਓ ਵੀ ਜ਼ਿੰਮੇਵਾਰ ਹੈ ਜਿਹਦਾ ਕੋਪਰੇਸ਼ਨ ਦੇਣੀ ਹੁੰਦੀ ਹੈ? ਤੁਸੀਂ ਕਿਸੇ ਅਫਸਰ ਦਾ ਨਾਂ ਕਿਉਂ ਲੈਂਦੇ ਹੋ? ਇਹ ਇਨਕੁਆਇਰੀ ਰਿਪੋਰਟ ਦੱਸੇਗੀ, ਈਓ ਹੈ ਜਾਂ ਮੈਂ ਵਾਂ ਜਾਂ ਡੀਸੀ ਸਾਹਿਬ ਨੇ ਜਾਂ ਕਮਿਸ਼ਨਰ ਸਾਹਿਬ ਨੇ ਜਾਂ ਐਸਐਸਪੀ ਹੈ, ਇਨਕੁਆਇਰੀ ਕਮਿਸ਼ਨ ਦੱਸੇਗਾ। ਜਿਹਦਾ ਵੀ ਕਸੂਰ ਦੱਸਣਗੇ ਉਹਨੂੰ ਨਹੀਂ ਬਖਸ਼ਾਂਗੇ। ਸਰ ਰੈਸਕਿਊ ਆਪਰੇਸ਼ਨ ਦਾ ਚੱਲ ਰਿਹਾ ਜਾਂ ਖਤਮ ਚੱਲ ਰਿਹਾ ਜੀ? ਫਿਰ ਤਾਂ ਲਾਸ਼ੀ ਲਈ ਜਾ ਰਹੀ ਹੈ ਵੀ ਕੋਈ ਅੰਦਰ ਡੈੱਡ ਬਾਡੀ ਜਾਂ ਜਿਉਂਦਾ ਨਾ ਹੋਏ, ਸਾਰਾ ਕੁਝ ਦੇਖ ਲਿਆ ਜੋ ਉਹਨਾਂ ਨੇ ਆਪਣੇ ਸਿਸਟਮ ਨਾਲ ਚੈੱਕ ਕਰਕੇ ਦੇਖਿਆ, ਜਿਉਂਦਾ ਬੰਦਾ ਦੇ ਅੰਦਰ ਕੋਈ ਨਹੀਂ ਹੈਗਾ, ਕੋਈ ਡੈੱਡ ਬਾਡੀ ਨਾ ਹੋਏ, ਕਿਉਂਕਿ ਮਕਾਨ ਅਨਸੇਫ ਹੋ ਗਏ ਨੇ, ਕਿਸੇ ਵੇਲੇ ਵੀ ਡਿੱਗ ਸਕਦੇ ਨੇ, ਸੋ ਆਪਰੇਸ਼ਨ ਚੱਲ ਰਿਹਾ। ਸਰ ਜਿਹੜੇ ਪੋਸਟਮਾਰਟਮ ਹੋ ਰਹੇ ਨੇ, ਬੋਡੀਜ਼ ਹੈਂਡਓਵਰ ਹੋ ਰਹੀਆਂ ਨੇ, ਹੈਂਡਓਵਰ ਹੋ ਰਹੀਆਂ ਨੇ, ਪਰ 23-22 ਬੋਡੀਜ਼ ਨੇ, ਹੌਲੀ ਹੌਲੀ ਹੋਣਾ ਵਾ। 10-12 ਜਾ ਚੁੱਕੀਆਂ ਨੇ, 10 ਕੁ ਰਹਿ ਗਈਆਂ ਨੇ। ਇਟਸ ਗੋਇੰਗ। ਲੋਕ ਪ੍ਰਦਰਸ਼ਨ ਕਰ ਰਹੇ ਸਰ? ਕਦੇ ਲੋਕ ਜੋ ਪ੍ਰਦਰਸ਼ਨ ਕਰ ਰਹੇ ਉਹਨਾਂ ਦਾ ਹੱਕ ਹੈ, ਅਸੀਂ ਉਹਨਾਂ ਨੂੰ ਇਤਰਾ ਡੱਕ ਨਹੀਂ ਸਕਦੇ, ਕਿਉਂਕਿ ਗੁੱਸੇ ਦੀ ਰੋਹ ਹੈਗੀ ਹੈ, ਗੁੱਸਾ ਉਹਨਾਂ ਦਾ ਵਾਜਬ ਵੀ ਹੈਗਾ, ਉਹਨਾਂ ਦੇ ਪ੍ਰਦਰਸ਼ਨ ਅੱਗੇ ਹੀ ਸਿਰ ਝੁਕਾਉਂਦੇ ਹਾਂ। ਪਰ ਇਹ ਯਕੀਨ ਦਿਵਾਉਂਦੇ ਹਾਂ ਜਿਹਦਾ ਵੀ ਕਸੂਰ ਸਮਝੇਗਾ ਕਿਸੇ ਨੂੰ ਬਖਸ਼ਿਆ। ਉਹਨਾਂ ਨੇ ਕਿਹਾ 2 ਸਾਲ ਤੋਂ ਸ਼ਿਕਾਇਤਾਂ ਕਰ ਰਹੇ, ਲੇਕਿਨ ਕਾਰਵਾਈ ਨਹੀਂ ਕੋਈ ਹੋ ਰਹੀ। ਬਿਲਕੁਲ, ਤੁਸੀਂ ਸ਼ਾਇਦ ਠੀਕ ਕਹਿੰਦੇ ਹੋਵੋਗੇ, ਪਰ ਉਹ ਸ਼ਿਕਾਇਤਾਂ ਕਿੱਥੇ ਗਈਆਂ, ਕਿਹਦੇ ਕੋਲ ਗਈਆਂ, ਕਿਹਨੇ ਐਕਸ਼ਨ ਨਹੀਂ ਲਿਆ, ਇਹ ਕੰਮ ਸਾਰਾ ਕੁਝ ਇਨਕੁਆਇਰੀ ਕਮਿਸ਼ਨ ਦੱਸੇਗਾ। ਕਿਸੇ ਨੂੰ ਲਗਾਤਾਰ ਟਵੀਟ ਕਰ ਰਹੇ ਆ, ਸੀ ਐਮ ਸਾਹਿਬ ਆਪਣੀ ਡਿਊਟੀ ਕਰ ਰਹੇ ਆ, ਕੱਲ੍ਹ ਸ਼ਾਇਦ ਆਉਣਗੇ ਵੀ, ਸੋ ਸਾਰੇ ਸਰਕਾਰ ਦੇ ਜੋ ਪੱਖੋਂ ਗੱਲ ਹੈ ਉਹਨੂੰ ਕੀਤਾ ਜਾਏਗਾ। ਥੈਂਕ ਯੂ।